फैक्ट्री और मैं ना रूबी धामी अज बाबा नामदेव कलोनी जो कुछ वसनीक आए ने मैडम नू कोई उन्होंने मंग पत्र दिता वा उस मंग पत्र ते की लिखा वा कर दे उन्होंने गल। हाँ जी सत श्रीकाल जी। सत श्रीकाल जी। अज तुसी मैडम नू मिलन आए जी महला वसनीक मंग पत्र दिता मैडम नू की उस मंग पत्र लिखा? इस मंग पत्र का साडा मेन मोटिव यह है सी कि समूह महला वासी इकट्ठे हुए एक मीटिंग की गई उहदे विच डिसाइड किया गया कि जिहड़ा नजायज़ रस्ता मतावगढ़ तो साढ़े नामदेव कलोनी क्रॉस होंदा है उसनू बंद किया जाए ताकि उस रस्ते राही जिहड़े नजायज नशा तस्कर आ रहे ने लगातार फास्ट चलते ने वो किसी का भी नुकसान कर सकते अगर कोई उन्होंने रोकता है टोकता है तो गाली गलोच उन्होंने को हथियार आते हथियार दिखा के डराते हैं। भगवंत सिंह मान की सरकार पंजाब दे विच आई है उन्होंने ये कहा वा कि पंजाब दे विच असी नशा खत्म करांगे पर जे एक कंध कीती है नशा रुकदा वा कोई महला सवरदा वा तो वह कंध हो जानी चाहिए है। एक कंध ये रस्ता बनया क्यों पहला? ये रस्ता काफ़ी लंबे समय तो क्योंकि 10-15 साल तो एक पहला की गल है कि वो नाला छाद दिता गया गंदा नाला चलता जो काफ़ी लंबे समय से चल रहा है उन्होंने छाद दिता गया उस पुली की आड़ दे विचे रस्ता बना दिता गया। मतलब रस्ता किसी ने बनाया नहीं उन्होंने आप रस्ता जिहड़ा बना लिया? बिल्कुल आप नजायज रस्ता बना लिया कोई रस्ता है ही नहीं सी वो बिल्कुल गंद पिया है देखोगे जाके बुरा हाल है रस्ता होंदा तो इदां दा हाल ही नहीं होना सी उस रस्ते का। ਤੁਹਾਡੇ ਕਹਿਣ ਦਾ ਮਤਲਬ ਆ ਵੀ ਜੇ ਉੱਥੇ ਰਸਤਾ ਬੰਦ ਹੋ ਜਾਵੇ ਕੰਧ ਹੋ ਜਾਵੇ ਤੇ ਨਸ਼ਾ ਤਸਕਰ ਜਿਹੜੇ ਤੁਹਾਡੇ ਮੁਹੱਲੇ ਦੇ ਵਿੱਚ ਜਾ ਕੇ ਨਸ਼ਾ ਵੇਚਦੇ ਆ ਜਾਂ ਮਾੜਾ ਚੰਗਾ ਕੰਮ ਕਰਦੇ ਆ ਲੜਾਈ ਝਗੜਾ ਕਰਦੇ ਆ ਇੱਥੇ ਸੁਧਾਰ ਹੋ ਸਕਦਾ? ਬਿਲਕੁਲ ਸੁਧਾਰ ਹੋਏਗਾ ਮੈਂ ਕਹਿੰਦਾ ਕਿ ਉਹ ਕੰਧ ਹੋ ਜਾਂਦੀ ਤੇ ਮੇਰੇ ਖਿਆਲ ਨਾਲ 90% ਸੁਧਾਰ ਹੋ ਜਾਏਗਾ ਉਸ ਏਰੀਏ ਦੇ ਵਿੱਚ। ਦੂਜਾ ਤੁਸੀਂ ਇੱਕ ਮੰਗ ਪੱਤਰ ਦੇ ਨਾਲ ਹੋਰ ਵੀ ਗੱਲ ਕਰ ਰਹੇ ਸੀ ਵੀ ਉੱਥੇ ਕੋਈ ਜੰਜ ਘਰ ਬਣਾਉਣ ਦੀ ਸੁਵਿਧਾ ਹੈਗੀ ਆ ਜਾਂ ਕੋਈ ਸਰਕਾਰ ਵੱਲੋਂ ਕੋਈ ਐਸੀ ਫੰਡਿੰਗ ਹੋਈ ਆ ਜਿਹੜਾ ਉੱਥੇ ਤੁਸੀਂ ਇਹ ਬਣਾ ਸਕਦੇ ਜੀ ਇੱਥੇ ਕੀ ਕਹਿਣਾ ਚਾਹੁੰਦੇ? ਬਿਲਕੁਲ ਜੀ ਇਹ ਮੈਂ ਦੱਸਣਾ ਚਾਹੂੰਗਾ ਕਿ ਉਸ ਟਾਈਮ ਗੌਰਮੈਂਟ ਸਰਕਾਰ ਜਿਹੜੀ ਹੈਗੀ ਸੀ ਉਹ ਕਾਂਗਰਸ ਸਰਕਾਰ ਸੀ ਕਾਂਗਰਸ ਸਰਕਾਰ ਦੇ ਵਿੱਚ ਰਾਣਾ ਗੁਰਜੀਤ ਸਿੰਘ ਮੰਤਰੀ ਸੀ ਉਹਨਾਂ ਨੇ ਮੁਹੱਲਾ ਵਾਈਜ਼ ਵਿਵੇਕੀ ਗ੍ਰਾਂਟ ਦਿੱਤੀ ਸੀ ਉਹਦੇ ਵਿੱਚ ਸਾਡੇ ਮੁਹੱਲੇ ਨੂੰ 5 ਲੱਖ ਗ੍ਰਾਂਟ ਆਈ ਸੀ ਜੰਜ ਘਰ ਬਣਾਉਣ ਵਾਸਤੇ ਸੋ ਉਸ ਬਾਰੇ ਮੈਨੂੰ ਪਤਾ ਲੱਗਿਆ ਕਿ ਦੁਬਾਰਾ ਫੰਡ ਆ ਚੁੱਕੇ ਨੇ ਅਤੇ ਮੈਂ ਮੈਡਮ ਅੱਗੇ ਮੰਗ ਰੱਖੀ ਹੈ ਕਿ ਸਾਡੇ ਉਸ ਏਰੀਏ ਦੇ ਵਿੱਚ ਖਾਲੀ ਪਈ ਜਗ੍ਹਾ ਹੈਗੀ ਜੋ ਉਸ ਦੇ ਉੱਪਰ ਜੰਜ ਘਰ ਬਣਾਇਆ ਜਾਵੇ ਔਰ ਨਾਲ ਦੀ ਜਿਹੜੀ ਜਗ੍ਹਾ ਜ਼ਿਆਦਾ ਖਾਲੀ ਹੈ ਉਸ ਦੇ ਉੱਪਰ ਪਾਰਕ ਬਣਾ ਦਿੱਤਾ ਜਾਵੇ ਤਾਂ ਕਿ ਬੱਚਿਆਂ ਦੇ ਖੇਡਣ ਵਾਸਤੇ ਔਰ ਪਬਲਿਕ ਦੇ ਹੋਰ ਪ੍ਰੋਗਰਾਮ ਜਿਹੜੇ ਚੰਗੇ ਮਾੜੇ ਜਿਸ ਤਰ੍ਹਾਂ ਦੇ ਪ੍ਰੋਗਰਾਮ ਉਸ ਜਗ੍ਹਾ 'ਤੇ ਉਹ ਕਰ ਸਕਣ ਅਗਰ ਉਹ ਹਾਲ ਬਣ ਜਾਂਦਾ ਇੱਥੇ। ਮੈਡਮ ਨੇ ਤੁਹਾਨੂੰ ਕੀ ਆਸ਼ਵਾਸਨ ਦਿੱਤਾ? ਮੈਡਮ ਵੱਲੋਂ ਆਸ਼ਵਾਸਨ ਦਿੱਤਾ ਗਿਆ ਕਿ ਇਸ ਜਿਹੜੇ ਆਫਿਸਰ ਰਿਲੇਟਡ ਹੋ ਗਏ ਉਹਨਾਂ ਨੂੰ ਭੇਜ ਕੇ ਇਸ ਬਾਰੇ ਪੂਰੀ ਜਾਣਕਾਰੀ ਲੈ ਲਿੱਤੀ ਜਾਵੇਗੀ ਔਰ ਜੋ ਬਣਦਾ ਹੋਊਗਾ ਉਹ ਕਾਰਵਾਈ ਕੀਤੀ ਜਾਵੇ। ਕੋਈ ਸਮਾਂ ਦੱਸਿਆ ਕਿੰਨੇ ਕੁ ਸਮੇਂ ਤੱਕ ਹੋਜੂਗਾ? ਨਹੀਂ ਸਮਾਂ ਤਾਂ ਨਹੀਂ ਉਹਨਾਂ ਨੇ ਕਿ ਇਹਨਾਂ ਨੇ ਇਹੀ ਜਵਾਬ ਦਿੱਤਾ ਕਿ ਅਸੀਂ ਆਫਿਸਰ ਜੋ ਰਿਲੇਟਡ ਆਫਿਸਰ ਨੇ ਉਹਨਾਂ ਨੂੰ ਭੇਜਾਂਗੇ ਮੌਕਾ ਦੇਖਾਂਗੇ ਔਰ ਮੌਕਾ ਦੇਖਣ ਤੋਂ ਬਾਅਦ ਹੀ ਇਸ ਬਾਰੇ ਦੱਸਿਆ ਜਾਏ। ਇਹਨਾਂ ਦੇ ਭਰੋਸੇ 'ਤੇ ਤੁਹਾਨੂੰ ਕਿੰਨੀ ਕੁ ਉਮੀਦ ਆ ਵੀ ਕਿੰਨੇ ਕੁ ਸਮੇਂ ਦੇ ਵਿੱਚ ਇਹ ਕੰਮ ਹੋ ਸਕਦਾ? ਮੈਨੂੰ ਇਹ ਯਕੀਨ ਹੈ ਕਿ ਅਗਰ ਵਿਵੇਕੀ ਗ੍ਰਾਂਟ ਆਈ ਹੈ ਤਾਂ ਬਹੁਤ ਜਲਦੀ ਕੰਮ ਹੋਣਾ ਚਾਹੀਦਾ ਅਗਰ ਨਹੀਂ ਹੋਊਗਾ ਤਾਂ ਫਿਰ ਅਸੀਂ ਯਤਨ ਪੂਰਾ ਕਰਾਂਗੇ ਮਹੱਲਾ ਵਾਸੀ ਨਾਲ ਨੇ ਅਤੇ ਸਾਡੇ ਮੇਅਰ ਸਾਹਿਬ ਨਾਲ ਨੇ ਅਤੇ ਮੈਂ ਇਸ ਬਾਰੇ ਆਵਾਜ਼ ਚੁੱਕਾਂਗਾ ਕਿ ਕਿਉਂ ਨਹੀਂ ਹੋ ਰਿਹਾ। ਇਹ ਸਨ ਜੀ ਮਹੱਲਾ ਵਸਨੀਕ ਜਿਨ੍ਹਾਂ ਨੇ ਆਪਣੇ ਮਹੱਲੇ ਦੀਆਂ ਮੁਸ਼ਕਿਲਾਂ ਵੀ ਦੱਸੀਆਂ ਵੀ ਨਸ਼ਾ ਤਸਕਰ ਜਾ ਕੇ ਇਹਨਾਂ ਦੇ ਮਹੱਲੇ ਵਿੱਚ ਨਸ਼ਾ ਵੇਚਦੇ ਨੇ ਲੜਾਈਆਂ ਕਰਦੇ ਨੇ। ਸੋ ਮੇਰੇ ਨਾਲ ਕੈਮਰਾਮੈਨ ਸੁਨੀਲ ਕੁਮਾਰ ਗੋਗਨਾ ਦੇ ਨਾਲ ਰੂਬੀ ਧਾਮੀ ਦੀ ਕਪੂਰਥਲੇ ਤੋਂ ਖਾਸ ਰਿਪੋਰਟ।